ਮੋਗਾ ਦੇ ਪਿੰਡ ਧਲੇਕੇ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁੜੀਆਂ ਨੂੰ ਛੇੜਨ ਅਤੇ ਤੰਗ ਕਰਨ ਦੇ ਸ਼ੱਕ 'ਚ ਇੱਕ ਨੌਜਵਾਨ ਦੀ ਪਿੰਡ ਵਾਸੀਆਂ ਵੱਲੋਂ ਜੰਮ ਕੇ ਸਿੱਤਰ ਪਰੇਡ ਕੀਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਟੈਂਪੂ 'ਤੇ ਸਵਾਰ ਉਹ ਬੰਦਾ ਇਹ ਨੌਜਵਾਨ ਪਿੰਡ ਦੀਆਂ ਕੁੜੀਆਂ ਨਾਲ ਰੋਜ਼ਾਨਾ ਛੇੜਛਾੜ ਕਰਦਾ ਹੈ, ਜਿਸ ਕਾਰਨ ਕੁੜੀਆਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ। ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਇਸ ਦੇ ਬਾਰੇ ਸਰਪੰਚ ਅਤੇ ਹੋਰ ਮੋਹਤਵਾਰਾਂ ਨੂੰ ਵੀ ਦੱਸਿਆ, ਜਿਸ ਦੇ ਬਾਵਜੂਦ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਾਰਨ ਉਹਨਾਂ ਨੇ ਅੱਜ ਖੁਦ ਮੁੰਡੇ ਨੂੰ ਕਾਬੂ ਕਰਕੇ ਸਬਕ ਸਿਖਾ ਦਿੱਤਾ। ਉਹਨਾਂ ਦੱਸਿਆ ਕਿ ਰੋਜ਼ਾਨਾ ਵਾਂਗ ਇਹ ਨੌਜਵਾਨ ਅੱਜ ਫਿਰ ਜਦੋਂ ਪਿੰਡ 'ਚ ਆਇਆ ਤਾਂ ਉਸਨੇ ਇੱਕ ਕੁੜੀ ਨਾਲ ਬਦਤਮੀਜ਼ੀ ਕੀਤੀ, ਜਿਸ ਦੌਰਾਨ ਪਿੰਡ ਵਾਸੀਆਂ ਨੇ ਉਸ ਨੂੰ ਕਾਬੂ ਕਰ ਲਿਆ। ਕਾਬੂ ਕਰਦੇ ਸਾਰ ਇਕੱਠੇ ਹੋਏ ਲੋਕਾਂ ਨੇ ਇਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉੱਧਰ ਟੈਂਪੂ ਚਾਲਕ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਉਹਨਾਂ ਦਾ ਕੋਈ ਰੋਲ ਨਹੀਂ। ਬੀਤੇ ਦਿਨ ਜੋ ਨੌਜਵਾਨ ਉਹਨਾਂ ਦੇ ਟੈਂਪੂ 'ਚ ਸਵਾਰੀ ਵਜੋਂ ਬੈਠਾ ਸੀ, ਅੱਜ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਆਇਆ ਹੈ। ਤੇ ਪੁਲਿਸ ਨੂੰ ਦੱਸਿਆ ਕੋਈ ਦਰਖਾਸਤ ਦਿੱਤੀ ਹੈ? ਨਹੀਂ ਸਰ, ਅਜੇ ਤਾਂ ਕੋਈ ਹੱਲ ਨਹੀਂ ਹੋਇਆ ਗਾ। ਪਿੰਡ ਵਾਲਿਆਂ ਨੇ ਸਾਨੂੰ ਰੋਕਿਆ ਹੋਇਆ ਵਾ, ਅਸੀਂ ਹੱਲ ਕਰਦੇ ਪਰ ਸਾਡਾ ਹੱਲ ਕੋਈ ਨਹੀਂ ਗਾ। ਸਰਪੰਚ ਨੂੰ ਦੱਸਿਆ ਇਹਦੇ ਬਾਰੇ? ਦੱਸਿਆ ਸਰਪੰਚ ਨੂੰ, ਦੱਸਿਆ ਚੇਅਰਮੈਨ ਨੂੰ, ਦੱਸਿਆ ਮੈਂਬਰਾਂ ਨੂੰ, ਦੱਸਿਆ ਹੋਰ ਅਸੀਂ ਆਪਦੇ ਕੀ ਕਹਿੰਦੇ ਆ। ਹਜੇ ਤੱਕ ਕੋਈ ਹੱਲ ਨਹੀਂ। ਤੇ ਕੀ ਮੰਗ ਕਰਦੇ ਹੋ? ਮੰਗ ਕਰਦੇ ਇੱਕ ਤਾਂ ਨਸ਼ਾ ਖਾ ਕੇ ਸਾਡੇ ਪਿੰਡ ਦੇ ਵਿੱਚ ਟੈਂਪੂ ਨਹੀਂ ਚੱਲਣਾ ਚਾਹੀਦਾ। ਬਾਕੀ ਕੋਈ ਵੀ ਗੱਲ ਹੋਵੇ, ਬੱਚੇ ਦੇ ਮਾਂ ਪਿਓ ਨੂੰ ਨੌ ਆ ਜਾਂ ਧੀ ਆ, ਉਹਨਾਂ ਦਾ ਵਾਪਸ ਮੰਗਾ ਕੇ ਗੱਲ ਕੀਤੀ ਜਾਵੇ।